ਆਪਣੀ ਇਹ ਵੀਡੀਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ, ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਮੇਰੇ ਵੱਡੇ ਬਜ਼ੁਰਗ, ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ। ਤੁਸੀਂ ਚੈਨਲ ਦੇਖ ਰਹੇ ਹੋ ਹੋਮ ਸੇਲ ਮਾਰਕੀਟ, ਅਤੇ ਆਪਾਂ ਹਰ ਰੋਜ਼ ਤੁਹਾਡੇ ਖਾਤਰ ਨਵੀਆਂ ਕੋਠੀਆਂ, ਮਕਾਨ, ਘਰ ਲੈ ਕੇ ਆਉਂਦੇ ਰਹਿੰਦੇ ਹਾਂ। ਤੁਹਾਨੂੰ ਪਤਾ ਹੀ ਹੈ ਜੀ, ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਅਤੇ ਜਿੰਨੇ ਤੁਸੀਂ ਆਏ ਹੋ ਜੀ ਨਵੇਂ, ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਨੀਚੇ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ। ਅਤੇ ਹੁਣ ਆਪਣੀ ਵੀਡੀਓ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਕਨਫਰਮ ਕਰ ਦਿੰਦਾ, ਤੁਹਾਨੂੰ ਦੱਸ ਦਿੰਦਾ ਜੀ, ਆਪਣੀ ਇਹ ਜਿਹੜੀ ਵੀਡੀਓ ਹੈ ਆ ਕਿਸੇ ਕੋਠੀ 'ਤੇ ਨਹੀਂ ਹੈਗੀ ਜੀ। ਥੋੜ੍ਹੀ ਜਿਹੀ ਗੱਲ ਕਰਨੀ ਸੀ ਤੁਹਾਡੇ ਨਾਲ, ਗੱਲ ਕੁਝ ਇੱਦਾਂ ਜੀ, ਦੋ ਤਿੰਨ ਗੱਲਾਂ ਨੇ ਤੁਹਾਡੇ ਨਾਲ, ਮੈਂ ਜਲਦੀ ਜਲਦੀ ਕਰ ਲੈਂਦਾ। ਵੀ ਜੇ ਕਿਸੇ ਨੇ ਆਪਦੀ ਕੋਠੀ, ਮਕਾਨ, ਘਰ ਵੇਚਣਾ ਹੁੰਦਾ, ਬਹੁਤ ਸਾਰੇ ਕਮੈਂਟ ਆਉਂਦੇ ਆ, ਜਿਨ੍ਹਾਂ ਵਿੱਚੋਂ ਮੇਰੇ ਭਰਾ ਵੀ ਕਰਦੇ ਆ ਕਮੈਂਟ, ਮੇਰੀਆਂ ਮਾਤਾ ਵੀ ਕਰਦੀਆਂ, ਮੇਰੀ ਭੈਣਾਂ ਵੀ ਕਰਦੀਆਂ, ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖਦੇ ਹੋ ਉਹ ਵੀ ਕਰਦੇ ਹੋ। ਵੀ ਤੁਸੀਂ ਕਹਿੰਦੇ ਹੁੰਦੇ ਹੋ ਕਮੈਂਟਾਂ 'ਚ ਵੀ ਅਸੀਂ ਆਪਦੀ ਕੋਠੀ ਜਾਂ ਘਰ, ਮਕਾਨ, ਜੋ ਵੀ ਆਪਣੇ ਕੋਲ ਹੁੰਦਾ ਅਸੀਂ ਸੇਲ ਕਰਨਾ, ਅਤੇ ਤੁਸੀਂ ਸੇਲ ਕਰਵਾ ਦੋਗੇ। ਪਹਿਲੀ ਗੱਲ ਤਾਂ ਜਿੰਨੇ ਤੁਸੀਂ ਕਮੈਂਟ ਕਰਕੇ ਪੁੱਛਦੇ ਹੋ ਜੀ, ਬੇਨਤੀ ਵਾਲੀ ਗੱਲ ਹੈ, ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ, ਵਾਰ ਵਾਰ ਚੱਲਦਾ ਰਹਿੰਦਾ, 7300 ਪੂਰਾ 2673। ਤੁਸੀਂ ਪੁੱਛਿਆ ਨਾ ਕਰੋ, ਸਿਰਫ ਇੱਕ ਵੀਡੀਓ ਅਤੇ ਪੂਰੀ ਜਾਣਕਾਰੀ ਆਪਣੇ ਵਟਸਐਪ ਨੰਬਰ 'ਤੇ ਭੇਜਦਿਆ ਕਰੋ ਜੀ। ਅਤੇ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜੋਗੇ, ਵਧੀਆ ਬਣਾ ਕੇ ਭੇਜਿਆ ਕਰੋ, 3 ਤੋਂ 4 ਮਿੰਟ ਦੀ ਪੂਰੀ ਵਧੀਆ ਜੀ। ਜਦੋਂ ਵੀਡੀਓ ਬਣਾਓਗੇ, ਬਾਹਰ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ, ਸਾਰੀ ਕੋਠੀ ਦਿਖਾਇਆ ਕਰੋ ਪਹਿਲਾਂ, ਫਰੰਟ ਉੱਪਰ ਤੋਂ ਲੈ ਕੇ ਨੀਚੇ ਤੱਕ, ਫਿਰ ਬਿਲਕੁਲ ਆਰਾਮ ਨਾਲ ਅੰਦਰ ਬਾਹਰੋਂ, ਚਾਹੇ ਕਿੰਨੇ ਮਰਜ਼ੀ ਲੰਮੀ ਬਣ ਜਾਵੇ, 7 ਮਿੰਟ ਦੀ, 8 ਮਿੰਟ ਦੀ, ਬਿਲਕੁਲ ਆਰਾਮ ਨਾਲ ਵਧੀਆ ਬਣਾਇਆ ਕਰੋ, ਤਾਂ ਕਿ ਜਦੋਂ ਮੈਂ ਕੁਛ ਦੱਸਾਂ ਤਾਂ ਵਧੀਆ ਤਰੀਕੇ ਨਾਲ ਦੱਸ ਸਕਾਂ ਜੀ। ਜੇ ਤੁਸੀਂ ਆਪੇ ਬੋਲ ਕੇ ਆਪ ਹੀ ਸਾਰਾ ਕੁਛ ਭੇਜਣਾ, ਤੁਹਾਡੀ ਇੱਛਾ ਜੀ, ਤੁਸੀਂ ਕਰ ਸਕਦੇ ਹੋ, ਠੀਕ ਆ ਜੀ। ਕਮੈਂਟ ਜਦੋਂ ਤੁਸੀਂ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ ਮੇਰੇ ਵੱਲੋਂ ਗੱਲ ਨਹੀਂ ਹੁੰਦੀ, ਜੇ ਤੁਸੀਂ ਵਟਸਐਪ 'ਤੇ ਮੈਸੇਜ ਕਰੋਗੇ ਤਾਂ ਮੈਂ ਤੁਹਾਡਾ ਰਿਪਲਾਈ ਜ਼ਰੂਰ ਕਰੂੰਗਾ। ਜੇ ਤੁਸੀਂ ਆਪਦੀ ਕੋਠੀ ਦੀ ਵੀਡੀਓ ਜਾਂ ਮਕਾਨ ਦੀ ਵੀਡੀਓ ਨਹੀਂ ਬਣਾ ਕੇ ਭੇਜ ਸਕਦੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ, ਅਸੀਂ ਆਪੇ ਬਣਾ ਕੇ ਲੈ ਜਾਵਾਂਗੇ ਜੀ। ਪਹਿਲੀ ਗੱਲ ਤਾਂ ਇਹ ਸੀਗੀ, ਅਤੇ ਦੂਜੀ ਗੱਲ ਇਹ ਆ ਜੀ ਵੀ ਆਪਣੇ ਕੋਲ ਨਾ ਬਹੁਤ ਸਾਰੀਆਂ ਕੋਠੀਆਂ ਅਤੇ ਘਰ ਅਤੇ ਮਕਾਨਾਂ ਦੀ ਵੀਡੀਓ ਆਉਂਦੀਆਂ ਰਹਿੰਦੀਆਂ ਜੀ, ਅਤੇ ਵੀਡੀਓ ਜਿਹੜੀਆਂ ਭੇਜੀਆਂ ਹੁੰਦੀਆਂ ਉਹ ਵਧੀਆ ਨਹੀਂ ਭੇਜੀਆਂ ਹੁੰਦੀਆਂ ਜੀ, ਕੋਈ ਤਾਂ ਫੋਨ ਨੂੰ ਸਿੱਧਾ ਕਰਕੇ ਬਣਾਈ ਹੁੰਦੀ ਹੈ, ਅਤੇ ਕਈ ਵਾਰੀ ਫੋਨ ਇੱਦਾਂ ਦੀ ਵੀਡੀਓ ਬਣੀ ਹੁੰਦੀ ਹੈ, ਕਈ ਵਾਰੀ ਫੋਨ ਟੇਢਾ ਕਰ ਲੈਂਦੇ ਆ ਜੀ, ਕਈ ਵਾਰੀ ਸਿੱਧਾ ਕਰ ਲੈਂਦੇ ਆ, ਅਤੇ ਫੋਨ ਨੂੰ ਇੱਕੋ ਹੀ ਐਂਗਲ 'ਚ ਰੱਖਿਆ ਕਰੋ ਵੀ ਫੋਨ ਨੂੰ ਟੇਢਾ ਹੀ ਰੱਖਣਾ ਜੀ। ਮੈਂ ਫੋਟੋਆਂ ਲਾ ਦਿੰਦਾ ਸਕਰੀਨ 'ਤੇ, 3-4 ਵਾਰੀ ਆ ਜਾਣਗੀਆਂ, ਉਸ ਤਰ੍ਹਾਂ ਫੋਨ ਨੂੰ ਫੜ ਕੇ ਰੱਖਣਾ, ਨਾ ਤਾਂ ਸਿੱਧਾ ਕਰਨਾ, ਨਾ ਬਾਅਦ 'ਚ ਟੇਢਾ ਕਰਨਾ, ਜਿਵੇਂ ਫੜੋਂਗੇ ਟੇਢਾ ਉਹ ਕਰਕੇ ਫੜੋਂਗੇ ਉਵੇਂ ਪੂਰੀ ਵੀਡੀਓ ਬਣਾਉਣੀ ਹੈ ਜੀ। ਅਤੇ ਜਦੋਂ ਵੀਡੀਓ ਬਣਾਉਂਦੇ ਹੋ ਤਾਂ ਫੋਨ ਜ਼ਿਆਦਾ ਹਿਲਾਇਆ ਨਾ ਕਰੋ ਜੀ। ਬਹੁਤ ਜ਼ਿਆਦਾ ਆਪਣੇ ਕੋਲ ਇੱਦਾਂ ਦੀ ਵੀਡੀਓ ਆਈਆਂ ਪਈਆਂ ਵੀ ਕੁਛ ਨਹੀਂ ਪਤਾ ਲੱਗਦਾ ਕਿੱਧਰੋਂ ਵੀਡੀਓ ਸ਼ੁਰੂ ਹੁੰਦੀ ਹੈ, ਕਿੱਧਰੋਂ ਖਤਮ ਹੋ ਗਈ। ਕਈ ਵੀਡੀਓ ਤਾਂ ਕਮਰੇ 'ਚ ਬਣੀ ਹੁੰਦੀ ਹੈ, ਪਤਾ ਹੀ ਲੱਗਦਾ ਕਿਹੜੇ ਕਮਰੇ 'ਚੋਂ ਕਿਹੜੇ ਕਮਰੇ 'ਚ ਵੜ ਗਈ, ਕਿਹੜੇ ਕਮਰੇ 'ਚੋਂ ਨਿਕਲ ਕੇ ਰਸੋਈ 'ਚ ਵੜ ਗਈ, ਕੁਛ ਨਹੀਂ ਪਤਾ ਲੱਗਦਾ, ਇੰਨੀ ਜਲਦਬਾਜ਼ੀ ਦੇ ਵਿੱਚ ਬਣੀ ਹੁੰਦੀ ਹੈ। ਛੱਡ ਹੀ ਦਿਓ ਜੀ, ਅਤੇ ਵਧੀਆ ਤਰੀਕੇ ਨਾਲ ਵੀਡੀਓ ਬਣੀ ਹੋਊਗੀ, ਰਿਸਪੋਂਸ ਵੀ ਵਧੀਆ ਆਊਗਾ, ਅਤੇ ਕੋਠੀ ਵਧੀਆ ਦਿਖੂਗੀ, ਤਾਂ ਜਲਦੀ ਸੇਲ ਹੋਊਗੀ, ਠੀਕ ਹੈ ਜੀ। ਬਾਕੀ 3-4 ਗੱਲਾਂ ਇਹ ਸੀਗੀਆਂ, ਅਤੇ ਆਖਰੀ ਗੱਲ ਮੇਰੀ ਇਹ ਆ ਜੀ ਕਿ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਚੈਨਲ ਨੂੰ ਇੰਨੀ ਦੂਰ ਲੈ ਕੇ ਆਏ, ਐਡਾ ਵੱਡਾ ਬਣਾਤਾ ਜੀ, ਅਤੇ ਬਹੁਤ ਪਿਆਰ ਦਿੰਦੇ ਹੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ ਦੇਖਦੇ ਹੋ, ਬਹੁਤ ਬਹੁਤ ਸ਼ੁਕਰੀਆ, ਅਤੇ ਬਹੁਤ ਬਹੁਤ ਧੰਨਵਾਦ ਜੀ। ਅਤੇ ਬੇਨਤੀ ਵਾਲੀ ਗੱਲ ਹੈ ਜੀ ਵੀ ਜਿੰਨੇ ਤੁਸੀਂ ਕਰਦੇ ਹੋ ਤੁਹਾਡਾ ਆਦਰ ਸਤਿਕਾਰ ਮੈਂ ਕਰਦਾ ਜੀ, ਅਤੇ ਤੁਸੀਂ ਬਸ ਆਪਣੇ ਕੋਲ ਵੀਡੀਓ ਜਿਹੜੀ ਬਣਾ ਕੇ ਭੇਜ ਦਿਓ, ਉਹ ਵਧੀਆ ਤਰੀਕੇ ਨਾਲ ਬਣਾ ਕੇ ਭੇਜ ਦਿਆ ਕਰੋ ਬਸ।
ਹੋਰ ਕੁਛ ਨਹੀਂ ਮੈਨੂੰ ਚਾਹੀਦਾ। ਨਾ ਤਾਂ ਮੈਂ ਕੋਈ ਦਲਾਲੀ ਲੈਣਾ ਜੀ, ਨਾ ਕੋਈ ਕਮਿਸ਼ਨ, ਨਾ ਕੋਈ ਖਰਚਾ ਬਰਚਾ, ਅਤੇ ਨਾ ਹੀ ਕੋਈ ਆਪਾਂ ਦਲਾਲੀ ਲੈਂਦੇ ਹਾਂ। ਸਿਰਫ ਚੈਨਲ ਨੂੰ ਇੱਕੋ ਹੀ ਚੀਜ਼ ਚਾਹੀਦੀ ਆ ਵੀ ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ ਵਧੀਆ ਢੰਗ ਨਾਲ ਬਣਾ ਕੇ ਭੇਜਿਆ ਕਰੋ ਜੀ। ਅਤੇ ਹੁਣ ਜਿੰਨੇ ਤੁਸੀਂ ਦੇਖ ਰਹੇ ਹੋ, ਤੁਸੀਂ ਕੋਠੀ ਆਪਦੀ, ਮਕਾਨ, ਘਰ ਕੁਛ ਵੀ ਵੇਚਣਾ, ਆਪਣੇ ਕੋਲ ਵੀਡੀਓ ਵਧੀਆ ਬਣਾ ਕੇ ਭੇਜ ਦਿਓ ਜੀ, ਅਤੇ ਜਲਦੀ ਤੋਂ ਜਲਦੀ ਆਪਾਂ ਐਡ ਤੁਹਾਡੀ ਲਗਾ ਦਿੰਦੇ ਹਾਂ ਜੀ। ਉੱਪਰ ਨੰਬਰ ਚੱਲਦਾ ਰਹਿੰਦਾ, ਤੁਸੀਂ ਨੋਟ ਕਰ ਲਓ। ਬਾਕੀ ਜਿਹੜੀਆਂ ਮੈਂ ਫੋਟੋਆਂ 3-4 ਲਾ ਰੱਖੀਆਂ ਫੋਨ ਨੂੰ ਟੇਢਾ ਕਰਕੇ, ਉਵੇਂ ਫੋਨ ਨੂੰ ਫੜ ਕੇ ਵੀਡੀਓ ਬਣਾਇਆ ਕਰੋ ਜੀ।